हेलो वीरे, की हाल ने? नाम की ने अपने भाई? नाम की जी अपना? एक कोड़ा है वीरे जसप्रीत सिंह गिल, सिरे पंजाब वाले। हाँ जी हाँ जी, उन्हां दा जी कोड़ा डायमंड है जी, कोड़े दा नाम डायमंड। हाँ जी, नाग दा बच्चा जी। केड़ी बुला लाइन चाहता वीरे? मच्छू के लिए। ठीक है, ब्लैक कलर। ब्लैक कलर बहुत घट देखने मिलता है मंजू के। हाँ जी हाँ जी, बेलिया भी लेंथ लोंथ भी देखो तुम, मजबूती देखो, संभ वगैरह जी बहुत मजबूती चा। हाँ जी जी, ये कलर बहुत रेयर है ना? हाँ जी हाँ जी बिल्कुल। ठीक है जी, शेरे बाजार स्टड फार्म आ रहा है। जी हाँ जी, लगभग 2 किलोमीटर। ठीक है, होर भी जानवर रखे भाई? हां जी वीर जी, है इस तरह 18 जानवर। ब्लैक कलर का डायमंड। हाँ जी डायमंड घोड़ा जी, नाग का बच्चा। ठीक है, की एज किन्नी जी इसकी? कदी ने एज है 11 साल। 11 साल, देखने नहीं ना लगता भी इन्नी एज का होगा जी। हाँ जी हाँ जी, सांभ संभाल दे सर ते अभी। हाँ जी, हाइट उच किन्ना दसा जी तुम जी? वीर जी हाइट उच किन्ना दसा जी? हाइट 63 इंच है जी। ठीक है जी, इस ते रिजल्ट भी आए ने? हाँ जी, बहुत ज्यादा वीर जी, सांड तैयार हो। ठीक है जी, ਤੁਸੀਂ ਨਾਮ ਹੈ ਤੇ ਦੱਸਣਾ ਚਾਹੋ ਜੀ? ਕੋਈ ਨਾਮ ਦੱਸਣਾ ਚਾਹੋ ਜੀ? ਇਸਦੇ ਜਿਆਦਾ ਘੋੜਾ ਜੀ, ਇੱਕ ਦਰਵਾਜ ਸੌਲੀ ਪਿੰਡ ਆ ਜੀ, ਨੀਲੇ ਰੰਗ ਚ। ਠੀਕ ਹੈ ਜੀ, 65 ਇੰਚ ਦਾ ਘੋੜਾ ਜੀ, ਬਹੁਤ ਵਧੀਆ ਘੋੜਾ ਵਾ। ਇੱਕ ਸਵੱਦੀ ਕਲਾਂ ਜੀ, ਪਾਲੀ ਪਾਲੀ ਅੰਕਲ ਕੋਲ। ਠੀਕ ਹੈ ਜੀ। ਹਾਂਜੀ, ਇੱਕ ਰਾਜੂ ਵੀਰ ਕੋਲ ਆ ਜੀ, ਮੂਸਾ ਘੋੜਾ, ਪਿੰਡ ਮੀਲਪੁਰ। ਹਾਂ ਠੀਕ ਹੈ ਜੀ। ਹਾਂਜੀ, ਤੇ ਇਹ ਹੁਣ ਬਲੈਕ ਕਲਰ ਜੀ ਜਿੱਦਾਂ ਤੁਸੀਂ ਆ ਦੱਸ ਰਹੇ, ਤੇ ਬੱਚੇ ਇਹਦੇ ਬਲੂ ਵੀ ਆਏ ਜਾਂਦੇ ਜੀ ਜਿੱਦਾਂ ਨੀਲੇ? ਹਾਂ ਜੀ, ਇਹਦੇ ਬਲੂ ਵੀ ਆਏ ਆ ਬੱਚੇ ਜੀ, ਇਹਦੇ ਕਮੈਤ ਵੀ ਆਏ ਆ ਸਾਡੇ ਕੋਲੇ, ਆਪਦੇ ਫਾਰਮ 'ਚ ਘੋੜੀ ਕਮੈਤ ਆ ਜੀ, ਇਹਦੀ ਬਹੁਤ ਸੋਹਣੀ ਕੈਲੀ ਨਾਮ ਆ ਜੀ ਉਹਦਾ। ਠੀਕ ਹੈ ਜੀ। ਹਾਂਜੀ, ਤੇ ਮਤਲਬ ਕਿਹੜੀ ਕਿਹੜੇ ਕਲਰ ਦੇ ਵਿੱਚ ਆਏ ਜਾਂਦੇ ਬੱਚੇ ਇਹਦੇ? ਇਹਦੇ ਬਲੈਕ 'ਚ ਵੀ ਆਏ ਆ ਵੀਰ ਜੀ, ਕਹੇ ਜੀ ਘੋੜੀ ਆ, ਬੱਚੇ ਬਹੁਤ ਵਧੀਆ ਆਉਂਦੇ ਆ ਜੀ। ਠੀਕ ਹੈ ਜੀ, ਤੇ ਕੀ ਹਾਈਟ ਰਹੀ ਇਸਦੇ ਬੱਚਿਆਂ ਦੀ? ਹਾਈਟ ਜੀ 65 ਹੋਇਆ ਖੜਾ ਜੀ, ਉਹ ਗਰਵਾਜ ਘੋੜਾ ਜੀ, ਬਲੂ ਕਲਰ ਦਾ। ਹਾਂਜੀ, ਸੌਲੀ ਪਿੰਡ ਜੀ, ਜ਼ਿਲ੍ਹਾ ਲੁਧਿਆਣੇ ਜੀ ਆ ਜੀ। ਠੀਕ ਹੈ ਜੀ, ਉਹ ਨਹੀਂ ਆਇਆ ਮੰਡੀ ਦੇ ਉੱਪਰ? ਨਹੀਂ ਜੀ, ਉਹ ਘਰ ਹੀ ਹੈ ਜੀ। ਠੀਕ ਹੈ ਜੀ, ਤੇ ਇਹ ਆਪਾਂ ਡਾਇਮੰਡ ਘੋੜੇ ਨੂੰ ਕਿਹੜੀ ਕਿਹੜੀ ਮੰਡੀਆਂ ਤੇ ਦੇਖਣ ਨੂੰ ਮਿਲਦਾ ਹੈ? ਇਹ ਜਗਰਾਉਂ ਹੀ ਲਾਉਂਦੇ ਆ ਜੀ, ਨੀਅਰ ਸਾਡੇ ਨੇੜੇ ਕਰਕੇ ਜੀ, ਇਹ ਲਾ ਲਈ ਦੀ ਆ ਮੰਡੀ। ਠੀਕ ਹੈ ਜੀ, ਕੱਲੀ ਜਗਰਾਉਂ ਮੰਡੀ ਤੇ ਦੇਖਣ ਨੂੰ ਮਿਲਦਾ ਹੈ? ਹਾਂਜੀ ਵੀਰ ਜੀ। ਠੀਕ ਹੈ ਜੀ, ਤੇ ਇਸ ਦੀ ਫਿਰ ਮੀਟਿੰਗ ਫੀਸ ਵਗੈਰਾ ਕੀ ਰੱਖੀ ਹੈ? 15,000 ਆ ਵੀਰ ਜੀ। ਠੀਕ ਹੈ ਜੀ, ਓਕੇ। ਸਿਰੇ ਪੰਜਾਬ ਸਟੱਡ ਫਾਰਮ। ਹਾਂਜੀ ਵੀਰ, ਚਿਗਰਾਉ। ਹਾਂਜੀ, ਓਨਰ ਹੈ ਤੇ ਜਸਪ੍ਰੀਤ ਗੱਲ ਵੀਰ ਜੀ। ਠੀਕ ਹੈ ਜੀ। ਹਾਂਜੀ, ਉਹਨਾਂ ਦਾ ਨੰਬਰ ਹੈਗਾ 85 47 3 00 69 ਜੀ। ਠੀਕ ਹੈ ਜੀ, ਆਪਾਂ ਹੁਣ ਮੱਝੂ ਕੇ ਲੈਣ ਦੇ ਵਿੱਚ ਗੱਲ ਕਰੀਏ, ਜਿਹੜਾ ਫਸਟ ਟਾਈਮ ਓਨਰ ਹੈ, ਉਹਨਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜਦੋਂ ਮੱਝੂ ਕੇ ਲਾਈਨ ਦੇ ਮਤਲਬ ਬਰੀਡ ਖਰੀਦਣ ਵਾਸਤੇ, ਕਿਉਂਕਿ ਮੱਝੂ ਕੇ ਲਾਈਨ ਕਰੈਕਟ ਮੱਝੂ ਕੇ ਲਾਈਨ ਹੀ ਨਿਕਲੇ ਬਰੀਡ? ਹਾਂਜੀ ਵੀਰ ਜੀ, ਇਹਨਾਂ ਦੀ ਮਜ਼ਬੂਤੀ ਬਹੁਤ ਆ ਜੀ ਮੱਝੂ ਕੇ ਲਾਈਨ ਦੀ। ਹਾਂਜੀ ਹਾਂਜੀ, ਇਹਨਾਂ ਦਾ ਸੰਭ ਬਹੁਤ ਮਜ਼ਬੂਤ ਆ ਜੀ, ਸਰੀਰ ਪੱਖੋਂ ਦੇਖੋ ਜੀ ਕਿੰਨੇ ਮਜ਼ਬੂਤ ਆ ਜੀ, ਇਹ ਮਗਰੋਂ ਇਹਦੀ ਬਣਾਈ ਜੀ, ਐਟੀਟਿਊਡ ਫਸਾ ਜੀ ਇਹਦੇ, ਕੜਨੀ ਕੁੜਨੀ ਬਹੁਤ ਵਧੀਆ ਜੀ। ਠੀਕ ਹੈ ਜੀ, ਹੋਰ ਕੀ ਤੁਸੀਂ ਮੱਝੂ ਕੇ ਬਲੱਡ ਲਾਈਨ ਬਾਰੇ ਕੀ ਕਹਿਣਾ ਚਾਹੋਗੇ? ਮੱਝੂ ਕੇ ਲਾਈਨ ਜੀ ਬਹੁਤ ਮਜ਼ਬੂਤ ਆ, ਬਹੁਤ ਸੋਹਣੇ ਲੱਗਦੇ ਜੀ ਇਹ। ਠੀਕ ਹੈ ਜੀ, ਹਾਂਜੀ, ਅੱਗੇ ਨਾਲੋਂ ਮੇਰੇ ਹਿਸਾਬ ਨਾਲ ਹੁਣ ਹੋਰ ਪ੍ਰਮੋਟ ਹੋ ਰਹੀ ਹੈ। ਹਾਂਜੀ ਹਾਂਜੀ ਵੀਰ ਜੀ, ਮੱਝੂ ਕੇ ਬਲੱਡ ਲਾਈਨ ਜਿਹੜੀ। ਹਾਂਜੀ ਹਾਂਜੀ ਹਾਂਜੀ, ਆਉਣ ਵਾਲੇ ਸਮੇਂ ਵਿੱਚ ਤੁਸੀਂ ਮਤਲਬ ਕਿਹੜਾ ਮਤਲਬ ਜਿਹੜੇ ਮਤਲਬ ਵਧੀਆ ਘੋੜੇ ਮੱਝੂ ਕੇ ਲਾਈਨ ਦੇ ਵਿੱਚ ਦੇਖਣ ਨੂੰ ਮਿਲਣਗੇ, ਕੋਈ ਹੈ ਤੁਹਾਨੂੰ ਕੋਈ? ਹਾਂਜੀ, ਬਹੁਤ ਜ਼ਿਆਦਾ ਜੀ, ਮੱਝੂ ਕੇ ਲਾਈਨ ਨੂੰ ਬਹੁਤ ਲੋਕ ਪਿਆਰ ਕਰਦੇ ਆ ਜੀ। ਹਾਂਜੀ 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 ਜੀ, ਤੇ ਮਤਲਬ ਜਿਹੜੇ ਅੱਗੇ ਮਸ਼ਹੂਰ ਘੋੜੇ ਇਹਨਾਂ ਦੇ ਨਾਮ ਤੁਸੀਂ ਦੱਸ ਸਕਦੇ ਜਿਹਦਾ ਕੋਈ? ਹਾਂਜੀ, ਐਡਮ ਘੋੜਾ ਜੀ, ਮੱਝੂ ਕੇ ਨੀਲਾ ਘੋੜਾ ਜੀ,
ਹਾਂਜੀ ਬਹੁਤ ਘੋੜਿਆਂ ਦੇ ਉਹਨਾਂ ਦੇ ਬੱਚੇ ਬਹੁਤ ਵਧੀਆ ਗਾਂ ਤਿਆਰ ਹੋਇਆ ਉਹੀ ਲਾਈਨ ਚੱਲਦੀ ਆਉਂਦੀ ਹੈ ਜੀ ਅੱਗੇ ਤੋਂ ਅੱਗੇ ਠੀਕ ਹੈ ਹਾਂਜੀ ਇੱਕ ਸਾਡਾ ਵੀਰ ਉੱਥੇ ਕਰਨ ਵੀਰ ਬੈਠਾ ਜੀ ਉਹਦੇ ਨਾਲ ਵੀ ਕਰ ਲਓ ਗੱਲ